ਸਤਿ ਨਮਸਕਾਰ ਵੀਰੋ ਸਸਕਾਰ ਮੈਂ ਪਰਮਜੀਤ ਸਿੰਘ ਮੈਂ ਖੇਤੀਬਾੜੀ ਵਿਕਾਸ ਅਫਸਰ ਫਗਵਾੜਾ ਤੇ ਮੇਰੇ ਨਾਲ ਮੇਰੇ ਅਫਸਰ ਸਹਬਾਨ ਸਰਦਾਰ ਪਰਮਜੀਤ ਸਿੰਘ ਜੀ ਖੇਤੀਬਾੜੀ ਬਲਾਕ ਖੇਤੀਬਾੜੀ ਅਫਸਰ ਫਗਵਾੜਾ ਤੇ ਨਾਲ ਮੇਰੇ ਖੜੇ ਨੇ ਸਰਦਾਰ ਰਣਜੀਤ ਸਿੰਘ ਜੀ ਤੇ ਅੱਜ ਆਪਾਂ ਖੜੇ ਆ ਪਿੰਡ ਅਕਾਲਗੜ ਫਗਵਾੜਾ ਬਲਾਕ ਫਗਵਾੜਾ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਤੇ ਅੱਜ ਗੱਲ ਕਰਨੀ ਹੈਗੀ ਆ ਆਪਾਂ ਜਿਹੜੀ ਯੂਰੀਆ ਦੀ ਕਿ ਯੂਰੀਆ ਆਪਾਂ ਨੂੰ ਕਿੰਨਾ ਖੇਤਾਂ ਵਿੱਚ ਕਿਸਾਨਾਂ ਨੂੰ ਪਾਉਣਾ ਚਾਹੀਦਾ ਆ ਤੇ ਜੇ ਆਪਾਂ ਲੋੜ ਤੋਂ ਵੱਧ ਪਾਉਂਦੇ ਆ ਤੇ ਉਹਦੇ ਕੀ ਨੁਕਸਾਨ ਹੋ ਸਕਦੇ ਆ ਮੇਰੇ ਕੋਲ ਹੱਥੇ ਵਿੱਚ ਲੀਫ ਕਲਰ ਚਾਰਟ ਜਿਹੜਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਇਹਦੀ ਕਿਵੇਂ ਆਪਾਂ ਵਰਤੋਂ ਕਰਨੀ ਆ ਤੇ ਕਿਵੇਂ ਆਪਾਂ ਇਹਦੇ ਬਾਰੇ ਜਿਹੜਾ ਹੈਗਾ ਇਹ ਤੋਂ ਆਪਾਂ ਲਾਭ ਲੈ ਸਕਦੇ ਆ ਉਦੇ ਬਾਰੇ ਆਪਾਂ ਅੱਜ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨੀ ਹੈ ਆਜੋ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਹਨੂੰ ਆਪਾਂ ਵਰਤੋਂ 'ਚ ਲੈ ਕੇ ਆਉਣਾ ਹੈ ਆਜੋ ਜੀ ਰਣਜੀਤ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਆਪਾਂ ਦੇਖੀਏ ਕਿ ਇਹਦੇ ਵਿੱਚ ਜਦੋਂ ਆਪਾਂ ਤੁਸੀਂ ਦੇਖੋਗੇ ਕਿ ਇਹਦੇ ਜਿਹੜਾ ਲੀਫ ਕਲਰ ਚਾਰਟ ਆ ਉਹਦੇ ਥੱਲੇ ਮਾਰਕ ਲੱਗੇ ਹੋਏ ਨੇ 3 ਨੰਬਰ 3.5 4 ਨੰਬਰ 4.5 5 ਤੇ 6 ਨੰਬਰ 6 ਸਲਾਈਡਾਂ ਬਣੀਆਂ ਹੋਈਆਂ ਆ ਅਲੱਗ-ਅਲੱਗ ਤਰ੍ਹਾਂ ਦੇ ਕਲਰ ਦੀਆਂ। ਤੋਂ ਇਹਦੀ ਮੈਚਿੰਗ ਅਸੀਂ ਜਿਹੜੀ ਹੈਗੀ ਕਰਨੀ ਆ ਝੋਨੇ ਦੇ ਵਿੱਚ ਅਸੀਂ ਕਹਿੰਨੇ ਹੈਗੇ ਆ ਕਿ ਜਿਹੜੇ ਆਪਾਂ 10 ਜਾੜ ਲੈ ਲੈਣੇ ਆ 10 ਬੂਟੇ ਲੈ ਲੈਣੇ ਆ ਉਹਦਾ ਜਿਹੜਾ ਪਹਿਲਾ ਪੱਤਾ ਯਾਨੀ ਕਿ ਛੱਡ ਕੇ ਦੂਸਰਾ ਪੱਤਾ ਜਿਹੜਾ ਖੁੱਲਿਆ ਪੂਰਾ ਉਹਦਾ 4 ਨੰਬਰ ਜਿਹੜਾ ਸਾਡਾ ਇਹ ਇਹਦੇ ਵਿੱਚ ਸਲਾਈਡ ਹੈਗੀ ਆ 4 ਨੰਬਰ ਵਾਲੀ ਉਹਦੇ ਨਾਲ ਮੈਚਿੰਗ ਕਰਨੀ ਆ। ਇਸੀ ਤਰ੍ਹਾਂ ਆਪਾਂ ਇੱਕ ਬੂਟੇ ਦਾ ਕਰਨਾ ਮੈਚ ਕਰ ਲੈਣਾ ਆ ਇਸੇ ਤਰ੍ਹਾਂ ਅਲੱਗ-ਅਲੱਗ 10 ਬੂਟਿਆਂ ਦੀ ਆਪਾਂ ਮੈਚਿੰਗ ਕਰ ਲੈਣੀ ਅਲੱਗ-ਅਲੱਗ ਜਗ੍ਹਾ ਤੋਂ ਤੇ ਕਰ ਨਹੀਂ ਪਤਾ ਉਹੀ ਲੈਣਾ ਆ ਜਿਹੜਾ ਕਿ ਪਹਿਲਾਂ ਪਤਾ ਆ ਜਿਹੜਾ ਪੂਰਾ ਖੁੱਲਾ ਖੁੱਲਿਆ ਹੋਇਆ ਆ ਉਹਦੀ 4 ਨੰਬਰ ਨਾਲ ਕਰਨੀ ਆ ਦੇਖੋ ਆਪਾਂ ਦੇਖ ਰਹੇ ਆ ਕਿ ਜਦੋਂ ਆਪਾਂ ਇਹ ਨਾਲ ਕੰਪੈਰੀਜ਼ਨ ਕਰਦੇ ਆਂ 4 ਨੰਬਰ ਸਲਾਈਡ ਦੇ ਨਾਲ ਇਹਦੀ ਤੇ ਇਹ ਹਜੇ ਗੂੜੇ ਰੰਗ ਦਾ ਆ ਜੇਕਰ ਆਪਾਂ 10 ਜਿਹੜੇ ਹੈਗੇ ਆ ਬੂਟੇ ਕੰਪੈਰੀਜ਼ਨ ਕਰਦੇ ਆਂ ਜੇਕਰ 6 ਪੱਤਿਆਂ ਦਾ ਰੰਗ ਜਿਹੜਾ ਸਾਡਾ 4 ਨੰਬਰ ਸਲਾਈਡ ਦੇ ਉੱਪਰੋਂ ਗੂੜਾ ਆਉਂਦਾ ਆ ਤੇ ਦੈਟ ਮੀਨਸ ਕਿ ਸਾਨੂੰ ਹਜੇ ਖਾਦ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਆ ਜੇਕਰ ਦਸਾਂ ਵਿੱਚੋਂ 6 ਪੱਤਿਆਂ ਦਾ ਰੰਗ ਇਸ 4 ਨੰਬਰ ਸਲਾਈਡ ਤੋਂ ਘੱਟ ਜਾਨਕਿ ਹਲਕਾ ਆਉਂਦਾ ਆ ਤੇ ਸਾਨੂੰ ਜਿਹੜਾ ਹੈਗਾ ਆ 25 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਲੋੜ ਹੈ ਨਹੀਂ ਤਾਂ ਅਦਰਵਾਈਜ਼ ਸਾਨੂੰ ਲੋੜ ਨਹੀਂ ਆ ਹੁਣ ਇਸ ਕਲਰ ਚਾਰਟ ਵਰਤਣ ਦੇ ਸਾਨੂੰ ਤਿੰਨ ਜਿਹੜੇ ਲਾਭ ਆ ਉਹ ਹੋ ਸਕਦੇ ਆ ਪਹਿਲਾ ਲਾਭ ਜਿਹੜਾ ਕਿਸਾਨ ਵੀਰਾਂ ਨੂੰ ਹੋ ਸਕਦਾ ਉਹ ਇਹ ਹੈ ਕਿ ਸਾਡੇ ਜਿਹੜੇ ਅਜਾਈ ਪੈਸੇ ਆ ਉਹ ਬਰਬਾਦ ਨਹੀਂ ਹੋਣਗੇ ਯੂਰੀਆ ਤੇ ਤੇ ਦੂਸਰਾ ਲਾਭ ਸਾਡਾ ਹੋਏਗਾ ਕਿ ਜਿਹੜਾ ਸਾਡੀ ਫਸਲ ਹੈ ਜੇਕਰ ਜ਼ਿਆਦਾ ਯੂਰੀਆ ਅਸੀਂ ਪਾਉਂਦੇ ਆ ਤੇ ਉਹਨੂੰ ਬਿਮਾਰੀਆਂ ਜ਼ਿਆਦਾ ਲੱਗਦੀਆਂ ਸਾਡਾ ਜਿਹੜਾ ਪ੍ਰਾਲ ਵਧਦਾ ਹੈ ਵੈਜੀਟੇਟਿਵ ਗਰੋਥ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ ਤੇ ਸਾਨੂੰ ਜਿਹੜੇ ਇਹਦੇ ਵਿੱਚ ਜਿਹੜੇ ਝਾੜਦੇ ਉਹਦੇ ਵਿੱਚ ਥੋਥ ਵੱਧਦੀ ਹੈ ਜੇਕਰ ਯੂਰੀਆਸੀਂ ਜਿਆਦਾ ਪਾਉਂਦੇ ਆ ਤੇ ਤੀਸਰਾ ਲਾਭ ਕਿਸਾਨਾਂ ਨੂੰ ਜਿਹੜਾ ਉਹਦੇ ਵਿੱਚ ਇਹ ਹੈ ਕਿ ਸਾਡਾ ਜਿਹੜਾ ਵਾਤਾਵਰਨ ਉਹਦੇ ਵਿੱਚ ਜਿਹੜੀ ਯੂਰੀਆ ਕਰਕੇ ਪੋਲੂਸ਼ਨ ਫੈਲਦਾ ਆ ਉਹ ਰੁਕ ਜਾਂਦਾ ਪੋਲੂਸ਼ਨ ਕਿਸ ਤਰ੍ਹਾਂ ਫੈਲਦਾ ਹੈ ਕਿ ਜਦੋਂ ਆਪਾਂ ਯੂਰੀਆ ਆਪਣੇ ਖੇਤ ਵਿੱਚ ਪਾਉਂਦੇ ਆ ਤਾਂ ਉਹਦੇ ਵਿੱਚੋਂ ਕੁਝ ਅਮੋਨੀਆ ਗੈਸ ਬਣ ਕੇ ਸਾਡੇ ਵਾਤਾਵਰਣ ਵਿੱਚ ਮਿਲ ਜਾਂਦੀ ਹਵਾ ਵਿੱਚ ਮਿਲ ਜਾਂਦੀ ਹੈ ਉਹਦੇ ਨਾਲ ਪੋਲੂਸ਼ਨ ਹੁੰਦਾ ਕੁਝ ਨਾਈਟਰੇਟ ਇਹਦੇ ਵਿੱਚੋਂ ਜਿਹੜੇ ਹੈਗੇ ਆ ਉਹ ਲੀਚ ਡਾਊਨ ਕਰਕੇ ਸਾਡੇ ਜਿਹੜੇ ਗਰਾਊਂਡ ਵਾਟਰ ਹੈ ਉਹਦੇ ਵਿੱਚ ਮਿਕਸ ਹੋ ਜਾਂਦਾ ਉਹ ਪਲੂਟ ਕਰਦਾ ਉਹਨੂੰ ਤੇ ਜਾਂ ਜਿਹੜਾ ਵੀ ਫਸਲਾਂ ਨਹੀਂ ਲੈਂਦੀਆਂ ਤੁਹਾਡੇ ਕੋਲ ਜਿਹੜਾ ਨਾਈਟrogen ਉਹ ਸਾਡੇ ਜ਼ਮੀਨ 'ਚ ਜਿਹੜੀ ਹੈਗੀ ਆ ਉਹਦੀ ਵੀ ਜਿਹੜੀ ਹੈਗੀ ਆ ਨਾਈਟਰੇਟ ਸਾਡੇ ਜਿਹੜੇ ਆ ਉਹ ਸਾਡੀ ਜ਼ਮੀਨ ਨੂੰ ਵੀ ਖਰਾਬ ਕਰਦੇ ਹੈਗੇ ਤਾਂ ਇਹ ਤੈਨੂੰ ਫਾਇਦੇ ਸਾਨੂੰ ਹੋ ਸਕਦੇ ਆ ਤੇ ਸਾਡਾ ਜਿਹੜਾ ਹੈਗਾ ਅਸੀਂ ਜ਼ਿੰਮੇਵਾਰਾਂ ਨੂੰ ਅਪੀਲ ਕਰਦੇ ਆ ਕਿ ਉਹ ਇਹ ਲੀਫ ਕਲਰ ਦੇ ਚਾਰਟ ਦੇ ਥਰੂ ਹੀ ਜਿਹੜਾ ਹੈਗਾ ਆ ਆਪਣੇ ਯੂਰੀਏ ਦੀ ਵਰਤੋਂ ਕਰਨ ਔਰ ਇਹ ਖਾਸ ਦਾ ਖਾਸ ਖਿਆਲ ਰੱਖਣਾ ਹੈਗਾ ਕਿ ਆਪਾਂ ਹਫਤੇ ਹਫਤੇ ਦੇ ਇੰਟਰਵਲ ਦੇ ਦੇ ਵਿੱਚ ਵਿੱਚ ਇਹ ਆਪਾਂ ਜਿਹੜਾ ਹੈਗਾ ਇਹਦੀ ਮੈਚਿੰਗ ਆ ਕੇ ਕਲਰ ਲੀਫ ਕਲਰ ਚਾਰਟ ਦੀ ਇਹਦੇ ਨਾਲ ਕਰਦੇ ਰਹਿਣਾ ਹੈ ਤਾਂ ਕਿ ਸਾਨੂੰ ਪਤਾ ਲੱਗਦਾ ਲੱਗਦਾ ਰਹੇ ਕਿ ਵੀ ਕਿੰਨੀ ਘਾਟ ਆ ਰਹੀ ਹੈ ਕਦੋਂ ਘਾਟ ਆ ਰਹੀ ਹੈ ਇਹ ਨਾ ਹੋਵੇ ਕਿ ਅਸੀਂ ਆਪਣੇ 15 ਦਿਨ ਤੱਕ ਇਹਦੇ ਮੈਚਿੰਗ ਨਾ ਕਰੀਏ ਤੇ ਸਾਡੇ ਜਿਹੜੀ ਫਸਲ ਨੂੰ ਯੂਰੀਆ ਦੀ ਘਾਟ ਮਹਿਸੂਸ ਹੋਣ ਨਾਲ ਸਾਡੇ ਝਾੜ ਤੇ ਫਰਕ ਪੈ ਜੀਵੇ। ਸੋ ਇਹਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਸੀਗਾ ਤੇ ਜੇ ਇਹ ਜਿਹੜਾ ਲੀਫ ਕਲਰ ਚਾਰਟ ਆ ਇਹ ਯੂਨੀਵਰਸਿਟੀ ਤੋਂ ਜਿਹੜਾ ਹੈਗਾ ਆ ਬੜਾ ਹੀ ਸਸਤੇ ਰੇਟ ਤੇ ਮਿਲ ਜਾਂਦਾ ਹੈਗਾ ਆ ਔਰ ਜੇ ਤੁਸੀਂ ਇਹ ਆ ਵੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਸੰਪਰਕ ਨਹੀਂ ਕਰ ਸਕਦੇ ਤਾਂ ਆ ਆਪਣੇ ਬਲਾਕ ਖੇਤੀਬਾੜੀ ਅਫਸਰ ਜਾਂ ਦਫ਼ਤਰ ਦੇ ਵਿੱਚ ਤੁਸੀਂ ਸੰਪਰਕ ਕਰਕੇ ਇਹਦੀ ਡਿਮਾਂਡ ਦੇ ਸਕਦੇ ਆ ਤੇ ਉਹ ਵੀ ਤੁਹਾਨੂੰ ਇਹ ਅਵੇਲੇਬਲ ਕਰਵਾ ਸਕਦੇ ਆ। done.